ਗੱਲਬਾਤ ਕਰਦੀ ਆ। ਹੋਰ ਸੁਣਾਓ ਜੀ, ਸਾਰੇ ਕਿਵੇਂ ਹੋ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਚ ਹੋਵੋਗੇ। ਚਲੋ ਜੀ, ਅੱਜ ਆਪਾਂ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ, ਜੋ ਆਪਣੀਆਂ ਰੀਲਾਂ ਦੀਆਂ ਨਲਕੀਆਂ ਹੁੰਦੀਆਂ ਨੇ ਖਾਲੀ, ਉਹਦੀ ਵੀਡੀਓ ਲੈ ਕੇ ਆਏ ਆ। ਥੋੜੇ ਕੋਲ ਕਰਕੇ ਬਣਾ ਲਓ। ਤੇ ਬਾਕੀ ਜੀ, ਇਹ ਰੀਲਾਂ ਦੀਆਂ ਜਿਹੜੀਆਂ ਨਲਕੀਆਂ ਖਾਲੀ ਨੇ, ਇਹਦੀ ਇੱਕ ਇੰਨੀ ਵਧੀਆ ਆਪਾਂ ਚੀਜ਼ ਬਣਾਵਾਂਗੇ, ਇਹਨੂੰ ਇੰਨਾ ਵਧੀਆ ਡੈਕੋਰੇਸ਼ਨ ਕਰਾਂਗੇ, ਮਤਲਬ ਕਿ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਇਹ ਕੀ ਚੀਜ਼ ਕਿਸ ਤਰ੍ਹਾਂ ਬਣ ਗਈ ਆ। ਤੇ ਚਲੋ ਜੀ, ਸਟਾਰਟ ਕਰਦੇ ਆਪਾਂ ਵੀਡੀਓ। ਤੇ ਇਹ ਹੋ ਗਈ ਆਪਣੀਆਂ ਰੀਲਾਂ ਖਾਲੀ, ਠੀਕ ਹੈ। ਇਹ ਹੋ ਗਈ ਟੇਪ, ਤੇ ਡੈਕੋਰੇਸ਼ਨ ਕਰਨ ਵਾਸਤੇ ਚਾਹੀਦਾ ਆਪਾਂ, ਜਾਂ ਤੁਸੀਂ ਚਾਰਟ ਲੈ ਸਕਦੇ ਹੋ, ਜੇ ਚਾਰਟ ਨਹੀਂ ਲੈਣਾ ਤਾਂ ਤੁਸੀਂ ਜਿਹੜਾ ਆਪਣਾ ਮਤਲਬ ਕਿ ਗਿਫਟਾਂ ਪੈਕਿੰਗ ਵਾਲੇ ਕਾਗਜ਼ ਹੁੰਦਾ ਉਹ ਲੈ ਸਕਦੇ ਹੋ, ਜੇ ਉਹ ਵੀ ਨਹੀਂ ਹੈਗਾ ਤਾਂ ਜਿਹੜੀ ਜਿਹਦੇ ਵਿੱਚ ਆਪਾਂ ਮਤਲਬ ਕਿ ਵਾਲਪੇਪਰ ਹੁੰਦਾ ਹੈ ਉਹ ਲੈ ਸਕਦੇ, ਫਲਾਵਰ ਵਾਲਾ ਕੋਈ ਵਾਲਪੇਪਰ ਪਿਆ ਹੋ ਉਹ ਲੈ ਸਕਦੇ ਹੋ, ਨਹੀਂ ਫਿਰ ਜਿਹ 'ਚ ਆਪਾਂ ਰੋਟੀ ਲਪੇਟਦੇ ਹੁੰਦੇ ਹਾਂ ਕਾਗਜ਼ 'ਚ ਸਿਲਵਰ ਕਲਰ ਦਾ, ਨਹੀਂ ਤਾਂ ਉਹ ਚੂਜ਼ ਕਰ ਸਕਦੇ ਹੋ। ਤੇ ਨਾਲ ਚਾਹੀਦੀ ਹੈ ਜੀ ਆਪਾਂ ਨੂੰ ਇੱਕ ਚੂੜੀ, ਚੂੜੀ ਮੈਂ ਲਿਆ ਕੇ ਨਹੀਂ ਲੈ ਕੇ ਆਉਂਦੀ ਹਾਂ, ਚੂੜੀ ਮੈਂ ਹਲੇ ਲੈ ਕੇ ਨਹੀਂ ਆਈ ਹੈਗੀ, ਅੰਦਰ ਪਈਆਂ ਨੇ ਇੱਧਰ, ਮੈਂ ਪਹਿਲਾਂ ਚੂੜੀ ਲੈ ਆਵਾਂ। ਲੈਸ ਵਾਈਟ ਕਲਰ ਦੀ ਲੈਸ ਹੈ ਇਹ, ਤੇ ਇਹ ਹੋ ਗਈ ਆਪਣੀ ਸਮੋਸਾ ਲੈਸ, ਠੀਕ ਹੈ ਜੀ। ਹੁਣ ਆਪਾਂ ਨੇ ਕੀ ਕਰਨਾ ਜੀ, ਜਿਹੜੀਆਂ ਇਹ ਮਤਲਬ ਕਿ ਆਪਣੇ ਨਲਕੀਆਂ ਨੇ, ਇਹਨੂੰ ਇੱਦਾਂ ਕਰਕੇ ਐਸਲੋਟ ਕਰਕੇ ਸਾਰੀ ਨਲਕੀਆਂ ਨੂੰ ਆਪਾਂ ਇੱਦਾਂ ਟੇਪ ਨਾਲ ਆਪਾਂ ਮਤਲਬ ਕਿ ਜੋੜ ਲੈਂਦੇ ਹਾਂ, ਜਾਂ ਤਾਂ ਜੇ ਤੁਸੀਂ ਟੇਪ ਲਗਾਉਣਾ ਚਾਹੁੰਦੇ ਹੋ ਤਾਂ ਟੇਪ ਨਾਲ ਜੋੜ ਸਕਦੇ ਹੋ, ਤੁਹਾਡੇ ਲਵੇ ਗਲਿਊ ਗਨ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਵੀ ਜੋੜ ਸਕਦੇ ਹੋ, ਮੇਰੇ ਲਵੇ ਜੀ ਹੁਣ ਹੈਗੀ ਇਸ ਵਕਤ ਟੇਪ, ਆਪਾਂ ਟੇਪ ਨਾਲ ਇਹ ਸਾਰੀਆਂ ਨਲਕੀਆਂ ਜੋੜ ਲੈਂਦੇ ਹਾਂ। ਲਓ ਜੀ, ਆਪਾਂ ਨੇ ਇਹ ਨਲਕੀਆਂ ਸਾਰੀਆਂ ਜੋੜ ਲਈਆਂ ਨੇ, ਹੁਣ ਆਪਾਂ ਨੇ ਕੀ ਕਰਨਾ ਹੈ ਜੀ, ਇੱਕ ਰੀਲ ਲੈ ਲੈਣੀ ਆ, ਰੀਲ ਦਾ ਆਪਾਂ ਦੂਰਾ ਧਾਗਾ ਕਰ ਲੈਣਾ। ਲਓ ਜੀ, ਆਪਾਂ ਰੀਲ ਦਾ ਦੂਰਾ ਧਾਗਾ ਕਰ ਲਿਆ, ਤੇ ਇਹਨੂੰ ਕੱਟ ਕਰ ਲੈਣਾ, ਤੇ ਇੱਥੇ ਆਪਾਂ ਗੱਠ ਦੇ ਲੈਣੀ ਆ। ਤੇ ਇਹ ਜਿਹੜਾ ਰੀਲ ਦਾ ਧਾਗਾ ਜੀ, ਆਪਾਂ ਨੇ ਇਹਦੇ ਵਿੱਚ ਦੀ ਨਲਕੀਆਂ ਵਿੱਚ ਦੀ ਇੱਧਰ ਲੈ ਕੇ ਆਉਣਾ ਹੈ। ਲਓ ਜੀ, ਆਪਾਂ ਨੇ ਧਾਗੇ ਵਿੱਚ ਦੀ ਦੋਹੇ ਪਾਸੋਂ ਦੀ ਇੱਧਰ ਚਾਰ ਨਲਕੀਆਂ ਇੱਧਰ, ਚਾਰ ਇੱਧਰ, ਆਪਾਂ ਧਾਗੇ ਵਿੱਚ ਦੀ ਪਰੋ ਲਈਆਂ ਨੇ, ਇਹਦਾ ਹੈਂਗਰ ਟਾਈਪ ਬਣਾ ਲਿਆ। ਤੇ ਜਿਹੜੀ ਹੁਣ ਇਹ ਨਲਕੀਆਂ ਨੇ, ਇਹਨਾਂ ਉੱਤੇ ਵੀ ਆਪਾਂ ਇੱਦਾਂ ਹੀ ਟੇਪ ਲਪੇਟ ਦਿੰਦੇ ਹਾਂ ਦੋਹੇ ਪਾਸੇ। ਜੇ ਆਪਾਂ ਨੇ ਲੈਸ ਦਾ ਇੰਨਾ ਹਿੱਸਾ ਕੱਟ ਲਿਆ, ਠੀਕ ਹੈ ਜੀ। ਤੇ ਇਹ ਜਿਹੜੀ ਲੈਸਾਂ ਹੁਣ ਆਪਾਂ ਜਿਹੜੀਆਂ ਨੀਚੇ ਵਾਲੀ ਨਲਕੀਆਂ ਨੇ ਇਹਦੇ ਉੱਤੇ ਲਪੇਟਦੇ ਹਾਂ। ਲਓ ਜੀ, ਆਪਾਂ ਨੇ ਲੈਸ ਨਾ ਇਹਦੇ ਨਲਕੀਆਂ ਤੇ ਲਪੇਟ ਲਈ ਆ, ਤੇ ਆਪਾਂ ਨੇ ਹੁਣ ਲੈਣੀ ਹੈ ਇੱਕ ਚੂੜੀ। ਚੂੜੀ ਲਓ ਜੀ, ਚੂੜੀ ਇਹ ਮੇਰੀ ਚੂੜੇ ਵਾਲੀ ਆ, ਜੋ ਮੈਰਿਜ ਵੇਲੇ ਚੂੜਾ ਪਾਉਂਦੇ ਨੇ ਉਹ ਵਾਲੀ ਚੂੜੀ ਹੈ ਇਹ। ਇਹ ਚੂੜੀ ਦੇ ਉੱਤੇ ਵੀ ਆਪਾਂ ਇੱਦਾਂ ਹੀ ਲੈਸ ਲਪੇਟ ਲੈਂਦੇ ਹਾਂ। ਲਓ ਜੀ, ਆਪਣਾ ਦੇਖੋ ਇਹ ਹੈਂਗਰ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ, ਲੈਸ ਲਪੇਟ ਕੇ ਦੇ ਉੱਤੇ। ਤੇ ਆਪਾਂ ਨੇ ਚੂੜੀ ਦੇ ਵੀ ਲੈਸ ਲਪੇਟ ਲਈ, ਤੇ ਹੁਣ ਆਪਾਂ ਨੇ ਕੀ ਕਰਨਾ ਜੀ, ਜਿਹੜੀ ਇਹ ਚੂੜੀ ਹੈ ਇਹਦੇ ਵਿੱਚ ਇੱਦਾਂ ਕਰਕੇ ਨਾ ਇਹਦੇ ਗੱਠ ਦੇ ਲੈਣੀ ਹੈ ਚੂੜੀ ਤੇ, ਨਾਲੇ ਤਾਂ ਆਪਣਾ ਹੈਂਗਰ ਨਹੀਂ ਖੁੱਲਣਾ, ਨਾਲੇ ਵਧੀਆ ਸਖਤ ਜਿਹਾ ਹੋ ਜਾਊਗਾ ਥੋੜਾ ਜਿਹਾ। ਲਓ ਜੀ, ਆਪਣਾ ਹੈਂਗਰ ਦੇਖੋ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ, ਇਹ ਚੂੜੀ ਆ, ਤੇ ਇਹ ਆਪਣੇ ਜੋ ਰੀਲਾਂ ਦੀਆਂ ਖਾਲੀ ਨਲਕੀਆਂ ਤੇ ਉਹ ਨੇ। ਤੇ ਇਹਨੂੰ ਹੁਣ ਜਾਂ ਤਾਂ ਆਪਾਂ ਜੇ ਆਪਣੇ ਮਤਲਬ ਕਿ ਮੇਕ ਵਗੈਰਾ ਲੱਗੀ ਹੋਈ ਆ ਗਿੱਟੀ ਲਾ ਕੇ, ਤਾਂ ਮੇਕ ਉੱਤੇ ਇੱਦਾਂ ਵੀ ਟੰਗ ਸਕਦੇ ਆ। ਜੇ ਆਪਣੇ ਲਵੇ ਮੇਕ ਨਹੀਂ ਹੈਗੀ ਤਾਂ ਤੁਹਾਨੂੰ ਮੈਂ ਮਤਲਬ ਕਿ ਟੇਪ ਲਗਾ ਕੇ ਤੁਹਾਨੂੰ ਟੰਗ ਕੇ ਦਿਖਾ ਦੇਣੀ ਆ, ਇੱਦਾਂ ਕਰਕੇ ਟੇਪ ਲਗਾ ਲੈਣੀ ਆ। ਟੇਪ ਇੱਥੇ ਲਗਾ ਦਿੱਤੀ ਆ, ਦੇਖ ਆਪਣਾ ਹੈਂਗਰ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ। ਹੁਣ ਇਹਦੇ ਉੱਤੇ ਆਪਾਂ ਜਿਵੇਂ ਬੱਚਿਆਂ ਦੀਆਂ ਟਾਈਆਂ ਬੈਲਟਾਂ ਵਗੈਰਾ ਹੁੰਦੀਆਂ ਨੇ ਹਨਾ, ਉਹ ਵੀ ਟੰਗ ਸਕਦੇ ਆ। ਬੱਚਿਆਂ ਦੇ ਆਈ ਕਾਰਡ ਵਗੈਰਾ ਹੁੰਦੇ ਨੇ ਇਹ ਵੀ ਟੰਗ ਸਕਦੇ ਆ, ਇੱਦਾਂ ਕਰਕੇ ਜੀ ਆ ਦੇਖੋ ਤੁਹਾਨੂੰ ਟੰਗ ਕੇ ਦਿਖਾਉਂਦੇ ਆ। ਇੱਦਾਂ ਹੀ ਆਪਾਂ ਬੈਲਟਾਂ ਟਾਈਆਂ ਵਗੈਰਾ ਟੰਗ ਸਕਦੇ, ਦੇਖੋ ਹੈਂਗਰ ਬਿਨਾਂ ਟਾਈਆਂ ਬੈਲਟਾਂ ਤੋਂ ਕਿੰਨਾ ਘੈਂਟ ਲੱਗਦਾ, ਤੇ ਨਾਲੇ ਡੈਕੋਰੇਸ਼ਨ ਵੀ ਵਧੀਆ ਹੋਊਗੀ, ਤੇ ਮਤਲਬ ਕਿ ਦੂਰੋਂ ਵੀ ਬਹੁਤ ਸੋਹਣਾ ਲੱਗਦਾ ਟੰਗਿਆ ਹੋਇਆ। ਤੇ ਜੋ ਆਪਣੇ ਖਾਲੀ ਰੀਲਾਂ ਪਈਆਂ ਹੁੰਦੀਆਂ ਨੇ ਉਹਦਾ ਆਪਾਂ ਇੱਦਾਂ ਇਸਤੇਮਾਲ ਕਰ ਸਕਦੇ ਹਾਂ। ਤੇ ਬਾਕੀ ਇੱਕ ਵੀਡੀਓ ਮੈਂ ਤੁਹਾਨੂੰ ਹੋਰ ਲੈ ਕੇ ਆਵਾਂਗੀ ਖਾਲੀ ਰੀਲਾਂ ਦੀ, ਉਹਦੀ ਬਹੁਤ ਵਧੀਆ ਡੈਕੋਰੇਸ਼ਨ ਕਰਾਂਗੇ। ਤੇ ਚਲੋ ਜੀ, ਇਹ ਸੀ ਆਪਣੀ ਅੱਜ ਦੀ ਵੀਡੀਓ, ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਲੈ ਕੇ ਆਵਾਂਗੇ ਇੱਕ ਹੋਰ ਵੀਡੀਓ, ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।